ਅੰਮ੍ਰਿਤਸਰ ਦੇ ਇਲਾਕਾ ਕਰਮਜੋੜੀ ਦੇ ਨਜ਼ਦੀਕ ਮੰਦਰ ਬਾਬਾ ਲਾਲ ਦਿਆਲ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੈਤਰ ਦੇ ਨਵਰਾਤਰੇ ਦੇ ਸੰਬੰਧ ਵਿੱਚ ਮੰਦਰ ਦੇ ਗੱਦੀ ਨਿਸ਼ੀ ਮਹੰਤ ਅਨੰਦ ਦਾਸ ਜੀ ਦੀ ਅਗਵਾਈ ਹੇਠ ਕੰਜਕ ਪੂਜਨ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤਾ ਗਿਆ। ਇਸ ਮੌਕੇ 'ਤੇ ਮਹੰਤ ਅਨੰਤ ਦਾਸ ਜੀ ਨੇ ਰਾਮਨੌਮੀ ਅਤੇ ਦੁਰਗਾ ਨੌਮੀ ਦੇ ਤਿਉਹਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਦੀ ਖਾਸ ਰਿਪੋਰਟ। ਸਭ ਤੋਂ ਪਹਿਲੇ ਤੋਂ ਚੇਤਰ ਨਵਰਾਤਰੇ ਚੇਤਰ ਕੀ ਰਾਮਨੌਮੀ ਅੱਜ ਨਵਾਂ ਰਾਮਾਇਣ ਕਾ ਜੋ ਪਾਠ ਰੱਖਾ ਗਿਆ ਤਾਂ ਉਸਕਾ ਵੀ ਭੋਗ ਪੜਾਇਆ। ਭਗਵਾਨ ਰਾਮ ਜੀ ਕੀ 12 ਵਜੇ ਆਰਤੀ ਹੋਈ ਹੈ, ਉਸਕੇ ਪਸ਼ਚਾਤ ਕੰਜਕ ਪੂਜਨ ਕੀਆ ਜਾ ਰਹਾ ਹੈ। ਆਜ ਕੇ ਸ਼ੁਭ ਅਵਸਰ ਪਰ ਸਭੀ ਕੋ ਬਹੁਤ ਬਹੁਤ ਵਧਾਈ, ਸਭੀ ਦੇਸ਼ਵਾਸੀਓ ਕੋ ਬਹੁਤ ਬਹੁਤ ਵਧਾਈ। ਰਾਮ ਜਨਮੋਤਸਵ ਕੀ ਜੈ ਸ਼੍ਰੀ ਰਾਮ।